ਤੂੰ ਵੀ ਕਿਸੇ ਇਲਾਜ ਵਾਸਤੇ ਜਾਈਦਾ, ਟੈਨਸ਼ਨ ਘੱਟ ਜਾਣੀ ਚਾਹੀਦੀ ਹੈ। ਹੁਣ ਇੱਕ ਇਨਸਾਨ ਨੂੰ ਹਾਰਟ ਅਟੈਕ ਹੁੰਦਾ ਪਿਆ, 3-4 ਹਾਰਟ ਅਟੈਕ ਹੋ ਗਿਆ ਤੇ ਹੁਣ ਉਹ ਹਸਪੀਟਲ ਚ ਪਹੁੰਚ ਗਿਆ, ਠੀਕ ਹੈ, ਤੇ ਹੁਣ ਉਹ ਡਾਕਟਰ ਉਹਦਾ ਇਲਾਜ ਸ਼ੁਰੂ ਕਰਤਾ। ਤੁਸੀਂ ਫਿਰ ਉਸ ਵੇਲੇ ਕਰਦੇ ਹੋ ਕਿ ਬਾਬਾ ਜੀ ਥੈਂਕ ਯੂ, ਡਾਕਟਰ ਥੋੜ੍ਹੀ ਦੇਰ ਬਾਅਦ ਤੁਹਾਨੂੰ ਆ ਕੇ ਕਹਿੰਦਾ ਕਿ ਵੇਲੇ ਸਿਰ ਆ ਗਏ, ਠੀਕ ਹੈ, ਫਿਰ ਤੁਸੀਂ ਕਹਿੰਦੇ ਹੋ ਕੀ ਹੋਏਗਾ ਹੁਣ ਅੱਗੇ, ਡਾਕਟਰ ਕਹਿੰਦਾ ਮੈਂ ਦੇਖਦਾ ਅਗਲੇ 24 ਘੰਟੇ 'ਚ ਓਪਰੇਸ਼ਨ ਕਰਨਾ ਪਏਗਾ, ਕੀ ਕਰਨਾ ਪਏਗਾ, ਕਿ ਸਟੰਟ ਪੈਣਗੇ। ਉਹ ਫਿਰ ਕੰਡੀਸ਼ਨ ਅਸੈਸ ਕਰਦਾ ਵੀ ਕਿਹੋ ਜਿਹੀ ਕੰਡੀਸ਼ਨ ਹੈ, ਫਿਰ ਸਾਨੂੰ ਥੋੜ੍ਹਾ ਜਿਹਾ ਮਤਲਬ ਉਸ ਆਪਣੀ ਜਿਹੜੀ ਹੁੰਦੀ ਹੈ ਨਾ ਬੇਚੈਨੀ, ਡਰ, ਉਹ ਸਭ ਚੀਜ਼ਾਂ 'ਚੋਂ ਬਾਹਰ ਆ ਜਾਣਾ ਚਾਹੀਦਾ, ਕਿਉਂਕਿ ਉਹ ਜ਼ਿਆਦਾ ਹੁੰਦਾ ਜਦੋਂ ਇੱਕ ਹਾਰਟ ਅਟੈਕ ਹੋਏ ਜਾਂ ਇੱਕ ਸੀਵੀ ਅਟੈਕ ਹੋਏ ਤੇ ਘਰ ਦੇ ਵਿੱਚ ਹੋਏ। ਜਦੋਂ ਆਪਾਂ ਹੋਸਪਿਟਲ ਪਹੁੰਚ ਗਏ ਫਿਰ ਸਾਨੂੰ ਥੋੜ੍ਹਾ ਜਿਹਾ ਹੌਲੀ ਹੌਲੀ ਕਰਕੇ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ ਕਿ ਯਾਰ ਆਪਾਂ ਪਹੁੰਚ ਤੇ ਗਏ ਨਾ ਹਸਪਤਾਲ, ਕਿੰਨੀ ਦੁਨੀਆ ਹੋਸਪਿਟਲ ਨਹੀਂ ਪਹੁੰਚੀ, ਹੈ ਨਾ। ਜਦੋਂ ਉਹ ਪੇਸ਼ੈਂਟ ਘਰੋਂ ਗਿਆ, ਉਹ ਜਾ ਕੇ ਨਸ਼ਾ ਕਰ ਰਿਹਾ, ਉਹ ਪੇਸ਼ੈਂਟ ਸਾਨੂੰ ਪਤਾ ਨਹੀਂ ਕਿਹੜੀ ਹਾਲਤ 'ਚ ਹੈ, ਕਿੱਥੇ ਹੈ, ਠੀਕ ਹੈ, ਨਹੀਂ ਹੈ, ਓਵਰਡੋਜ਼ ਕਰਕੇ ਬੈਠਾ, ਕੋਈ ਐਕਸੀਡੈਂਟ ਨਾ ਹੋ ਜਾਵੇ, ਕੋਈ ਕੁਛ ਨਾ ਹੋ ਜਾਵੇ, 50 ਖਿਆਲ ਆਉਂਦੇ ਆ। ਪਰ ਜਦੋਂ ਇੱਕ ਵਾਰੀ ਪੇਸ਼ੈਂਟ ਹੋਸਪਿਟਲ 'ਚ ਪਹੁੰਚ ਗਿਆ, ਤੁਹਾਡਾ ਪਰਸੈਂਟੇਜ ਆਫ ਸੇਫਟੀ ਵੱਧਦੀ ਜਾ ਰਹੀ ਹੈ ਨਾ। ਐਂਡ ਜਿੰਨੀ ਦੇਰ ਪੇਸ਼ੈਂਟ ਹੋਸਪਿਟਲ ਦੇ ਵਿੱਚ, ਕਿਸੇ ਬਿਮਾਰੀ ਦੇ ਵਿੱਚ ਵੀ, ਜਦੋਂ ਪੇਸ਼ੈਂਟ ICU 'ਚ ਵੀ ਹੈ, ਤਾਂ ਵੀ ਅਸੀਂ ਕਹਿੰਦੇ ਚਲੋ ICU 'ਚ ਹੈਗਾ, ਹੁਣ ਇਸ ਵੇਲੇ ਆਕਸੀਜਨ ਵੀ ਹੈਗੀ ਹੈ, ਇਸ ਵੇਲੇ ਮੋਨੀਟਰ ਹੋ ਰਿਹਾ, 3-4 ਨਰਸਿਸ ਹੈਗੀਆਂ, ਸਾਰੀਆਂ ਬਲੱਡ ਪ੍ਰੈਸ਼ਰ ਨਬਜ਼ ਕਰ ਰਹੀਆਂ। ਸੋ ਫਿਰ ਸਾਨੂੰ ਬਾਹਰ ਬੈਠ ਕੇ ਜਾਂ ਅਰਦਾਸ ਕਰ ਸਕਦੇ ਹਾਂ, ਜਾਂ ਫਿਰ ਆਪਾਂ ਇਹ ਪੁੱਛ ਸਕਦੇ ਹਾਂ ਵੀ ਅੱਛਾ ਇਹਦੇ ਵਾਸਤੇ ਕੀ ਕਰਨਾ ਪਏਗਾ। ਬਸ ਇਹੀ ਚੀਜ਼ਾਂ ਕਰਨੀਆਂ ਹੁੰਦੀਆਂ। ਅੱਛਾ ਫਿਰ ਅਸੀਂ ਸੋਚਦੇ ਹਾਂ ਕਿ ਇਲਾਜ ਦਾ ਕਿਵੇਂ ਧਿਆਨ ਰੱਖਿਆ ਜਾਏ। ਅੱਛਾ ਦੱਸੋ ਡਾਕਟਰ ਸਾਹਿਬ, ਕਿੰਨੀ ਬਿਮਾਰੀ ਹੈ, ਕੀ ਬਿਮਾਰੀ ਹੈ, ਪਹਿਲਾਂ ਇਹ ਸਮਝਾਓ ਸਾਨੂੰ ਕਿ ਬਿਮਾਰੀ ਕੀ ਹੈ। ਅਸੀਂ ਆਮ ਤੌਰ 'ਤੇ ਪੁੱਛਦੇ ਹਾਂ ਟੈਸਟ ਦੱਸੋ ਜੀ। ਹੁਣ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਇਸ ਬਿਮਾਰੀ ਦੇ ਵਿੱਚ ਟੈਸਟ ਇੰਨੇ ਅਹਿਮੀਅਤ ਨਹੀਂ ਰੱਖਦੇ। ਅਸੀਂ ਤੁਹਾਨੂੰ ਕਹਿੰਦੇ ਹਾਂ ਲਿਵਰ ਬਿਮਾਰ ਹੈ, ਅਸੀਂ ਤੁਹਾਨੂੰ ਕਹਿੰਦੇ ਬ੍ਰੇਨ ਬਿਮਾਰ ਹੈ। ਅਸੀਂ ਜਿਹੜੀ ਤੁਹਾਨੂੰ ਮੋਟੀ ਗੱਲ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਉਹ ਬਿਮਾਰੀ ਹੈ ਜੀ ਜਿਹਦੇ ਵਿੱਚ ਇੱਕ ਇਨਸਾਨ ਨੇ ਆਪਣੇ ਮੂਡ ਜਾਂ ਟੈਨਸ਼ਨ ਜਾਂ ਕਿਸੇ ਚੀਜ਼ ਨੂੰ ਠੀਕ ਕਰਨ ਵਾਸਤੇ ਕੋਈ ਸ਼ਾਰਟਕੱਟ ਕੀਤਾ, ਜੁਗਾੜ ਲਾਇਆ, ਪਰ ਉਹ ਜੁਗਾੜ ਕੁਝ ਜ਼ਿਆਦਾ ਲੱਗ ਗਿਆ ਅਤੇ ਉਹਨੇ ਉਹ ਚੀਜ਼ ਦੇਖ ਲਈ ਜਿਹੜੀ ਉਹਨੂੰ ਦੇਖਣੀ ਨਹੀਂ ਚਾਹੀਦੀ ਸੀ, ਜਿਹਦੇ ਕਰਕੇ ਉਹਦੇ ਦਿਮਾਗ ਦੀ ਜਿਹੜੀ ਮਤਲਬ ਸੰਤੁਲਨ ਹੈ ਉਹ ਖਰਾਬ ਹੋ ਸਕਦੀ, ਉਹਦੀ ਦਿਮਾਗ ਦੀ ਕੈਮਿਸਟਰੀ ਖਰਾਬ ਹੋ ਗਈ। ਹੁਣ ਉਹਨੇ ਉਹ ਦੇਖ ਲਿਆ, ਉਹਨੂੰ ਰਿਵਰਸ ਨਹੀਂ ਕੀਤਾ ਜਾ ਸਕਦਾ। ਹੁਣ ਉਹਨੂੰ ਉਹੀ ਹਮੇਸ਼ਾ ਚੀਜ਼ ਉਹਦੇ ਦਿਮਾਗ 'ਚ ਘੁੰਮਦੀ ਰਹਿੰਦੀ ਹੈ ਅਤੇ ਉਸ ਚੀਜ਼ ਨੇ ਉਹਦੇ ਦਿਮਾਗ ਦੇ ਵਿੱਚ ਇੰਨੀ ਵੱਡੀ ਜਗ੍ਹਾ ਬਣਾ ਲਈ ਹੈ ਜਿੱਥੇ ਮਾਂ ਸੀ, ਪਿਓ ਸੀ, ਵਾਈਫ ਸੀ, ਬੱਚੇ ਸੀ, ਦੁਨੀਆ ਸੀ, ਉਹਦਾ ਆਪਣੀ ਲਾਈਫ ਸੀ, ਉਹ ਸਾਰੀ ਉਹਦੇ ਜਗ੍ਹਾ 'ਤੇ ਉਹ ਨਸ਼ਾ ਆ ਕੇ ਬੈਠ ਗਿਆ। ਨਸ਼ਾ ਨਹੀਂ ਬੈਠਾ, ਨਸ਼ੇ ਦੀ ਯਾਦ ਬੈਠ ਗਈ ਹੈ, ਠੀਕ ਹੈ। ਹੁਣ ਉਹ ਨਸ਼ੇ ਦੀ ਯਾਦ ਨੇ ਕੀ ਕੀਤਾ ਕਿ ਡੋਪਾਮੀਨ ਦਾ ਹੜ ਲਿਆ ਤਾ, ਡੋਪਾਮੀਨ ਦੀ ਐਡੀ ਵੱਡੀ ਪ੍ਰੋਡਿਊਸ ਕਰਤਾ ਲੈਵਲ ਕਿ ਜਿਹੜਾ ਇੱਕ ਨੋਰਮਲ ਇਨਸਾਨ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ। ਹੁਣ ਤੁਸੀਂ ਦੇਖੋ ਕਿ ਡੋਪਾਮੀਨ ਜਿਹੜਾ ਕਿ ਨੋਰਮਲ ਜੇ ਸਟੇਟ ਦੇ ਵਿੱਚ ਰਵੇ, ਵੀ 40-60, ਮਤਲਬ ਆਪਾਂ ਇੱਕ ਲਗਾ ਲਈਏ ਹਾਈਪੋਥੈਟੀਕਲ ਹੈ, ਅਤੇ ਉਹਦੇ ਵਿਚਕਾਰ ਇਨਸਾਨ ਦਾ ਦੋਨੋਂ ਦਿਮਾਗ ਚੱਲਦੇ ਹੈ, ਜਿਹੜਾ ਉਹਦਾ ਚਿੰਪ ਬ੍ਰੇਨ ਉਹ ਵੀ ਚੱਲਦਾ, ਜਿਹੜਾ ਉਹਦਾ ਪ੍ਰੀਫਰੈਂਟਲ ਕੋਰਟੈਕਸ ਹੈ, ਮਤਲਬ ਦੂਜੇ ਕਹਿਣਿਆਂ ਦੇ ਵਿੱਚ ਉਹਦਾ ਮਤ ਵੀ ਚੱਲਦੀ ਹੈ ਅਤੇ ਉਹਦਾ ਮਨ ਵੀ ਚੱਲਦਾ। ਉਹਦੀ ਮਤ ਜਦੋਂ ਚਾਹੁੰਦੀ ਹੈ ਆਪਣੇ ਮਨ ਨੂੰ ਕੰਟਰੋਲ ਕਰ ਲੈਂਦੀ ਹੈ। ਇਹ ਚੀਜ਼ਾਂ ਨੋਰਮਲ ਹੈ, ਅਸੀਂ ਸਾਰੇ ਕਰਦੇ ਹਾਂ,
ਪਰ ਜਿਹੜੀ ਬਿਮਾਰੀ ਕਿੱਥੋਂ ਸ਼ੁਰੂ ਹੁੰਦੀ ਹੈ? ਬਿਮਾਰੀ ਇਹ ਸ਼ੁਰੂ ਹੁੰਦੀ ਹੈ ਕਿ ਜਦੋਂ ਅਸੀਂ ਜਿਹੜੀ ਚੀਜ਼ ਉਸ ਨਸ਼ੇ ਦੇ ਕਰਕੇ ਜਾਂ ਜਿਹੜੇ ਕਾਰਨ ਕਰਕੇ ਅਸੀਂ ਉਹ ਡੋਪਾਮੀਨ ਦੀ ਸਪਾਈਕ ਦੇਖ ਲਈ, ਠੀਕ ਹੈ, ਸਪਾਈਕ ਤਾਂ ਸਮਝਦੇ ਹੋ ਨਾ, ਉਚਾਈ ਉਚਾਈ ਆਪ ਦੇਖ ਲਈ। ਹੁਣ ਉਹ ਉਚਾਈ ਜਿਹੜੀ ਹੈ, ਜਦੋਂ ਉਹ ਨਸ਼ਾ ਲੈਂਦਾ ਹੈ ਤੇ ਓਨੀ ਉਚਾਈ ਨਹੀਂ ਮਹਿਸੂਸ ਹੁੰਦੀ, ਉਹ ਫਿਰ ਕੀ ਕਰਦਾ ਹੈ ਕਿ ਆਪਣੇ ਨਸ਼ੇ ਦੀ ਮਿਕਦਾਰ ਨੂੰ ਵਧਾਉਂਦਾ ਹੈ ਕਿ ਵੀ ਮੈਨੂੰ ਉਹ ਉਚਾਈ ਚਾਹੀਦੀ ਹੈ। ਉਹਦੀ ਉਸ ਤੋਂ ਘੱਟ ਉਚਾਈ ਦੇ ਵਿੱਚ ਉਹਦੀ ਮਤਲਬ ਉਹਨੂੰ ਚੈਨ ਨਹੀਂ ਆਉਂਦਾ, ਉਹ ਬੇਚੈਨ ਰਹਿੰਦਾ। ਐਂਡ ਹਰ ਵਾਰੀ ਉਹਨੂੰ ਇਹ ਆਸ ਲੱਗਦੀ ਹੈ ਕਿ ਮੈਂ ਇਸ ਵਾਰੀ ਕਰਾਂਗਾ ਨਾ, ਇੱਥੇ ਇਹ ਗਲਤੀ ਹੋ ਗਈ, ਇੱਥੇ ਨਸ਼ਾ ਨਹੀਂ ਗਲਤ ਕੀਤਾ, ਇੱਥੇ ਘਰਦਿਆਂ ਨੇ ਝਟਕਾ ਮਾਰਤੀਆਂ, ਇੱਥੇ ਮੇਰੀ ਬੇਇੱਜ਼ਤੀ ਹੋ ਗਈ। ਉਹ ਫਿਰ ਕਹਿੰਦਾ ਕਿ ਮੈਂ ਇਹੋ ਜਿਹਾ ਕੋਈ ਕੰਮ ਕਰਾਂਗਾ ਕਿ ਉਸ ਉਚਾਈ ਨੂੰ ਮੈਂ ਦੁਬਾਰਾ ਪਾ ਲਾਂ। ਉਹਦੇ ਵਾਸਤੇ ਕੀ ਹੁੰਦਾ ਹੈ ਕਿ ਹਰ ਹਫ਼ਤੇ ਬਾਅਦ ਉਹਦੀ ਡੋਜ਼ ਡਬਲ ਹੋ ਜਾਂਦੀ ਹੈ, ਹਰ ਮਹੀਨੇ ਬਾਅਦ ਉਹਦੀ ਡੋਜ਼ ਜਿਹੜੀ ਹੈ ਵੱਧਦੀ ਜਾਂਦੀ ਹੈ। ਉਹਦਾ ਦਿਲ ਨਹੀਂ ਕਰਦਾ ਹੁੰਦਾ ਵਧਾਉਣ 'ਤੇ, ਪਰ ਅਸਲ 'ਚ ਉਹਦਾ ਫੋਕਸ ਕੀ ਹੁੰਦਾ? ਉਹ ਡੋਪਾਮੀਨ ਦੀ ਉਚਾਈ ਜਿਹੜੀ ਉਹਨੇ ਪਹਿਲੀ ਵਾਰੀ ਦੇਖ ਲਈ। ਅੱਛਾ, ਹੁਣ ਕੀ ਹੋਇਆ? ਉਦੋਂ ਤੱਕ ਉਹਨੂੰ ਨਹੀਂ ਸੀ ਪਤਾ, ਉਹ ਇਨੋਸੈਂਟ ਸੀਗਾ, ਉਹਨੂੰ ਕੀ ਪਤਾ ਸੀਗਾ ਵੀ ਮੈਂ ਕਿਉਂ ਵਧਾ ਰਿਹਾ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਉਹ ਵਧਾਉਂਦਾ ਹੈ ਤੇ ਫਿਰ ਵੀ ਉਹਨੂੰ ਉਹ ਮਜ਼ਾ ਨਹੀਂ ਆਉਂਦਾ, ਉਹ ਸਪਾਈਕ ਨਹੀਂ ਆਉਂਦੀ, ਉਹਦਾ ਮਜ਼ਾ ਘੱਟ ਘੱਟ ਜਾਂਦਾ। ਮਤਲਬ ਉਹ ਜਿੰਨਾ ਮਜ਼ਾ ਆਪਣੇ ਅੰਦਰ ਪਾਉਂਦਾ ਹੈ ਨਾ, ਜਿਹੜਾ ਨਿਕਲਦਾ ਮਜ਼ਾ ਉਹ ਜ਼ਿਆਦਾ ਨਿਕਲਦਾ। ਕਿ ਜੇ ਹੁਣ ਆਪਾਂ ਐਨਰਜੀ ਡਰਿੰਕ, ਐਨਰਜੀ ਕੋਈ ਚੀਜ਼ ਖਾਈਏ ਤੇ ਥੱਲਿਓਂ ਨਿਕਲੀ ਜਾਏ ਤੇ ਤੁਹਾਡੇ ਅੰਦਰ ਰਹੇ ਨਾ, ਤੇ ਤੁਹਾਨੂੰ ਬੜੀ ਘਾਟ ਮਹਿਸੂਸ ਹੁੰਦੀ, ਵੀਕਨੈਸ ਹੁੰਦੀ ਹੈ। ਅਸੀਂ ਕਹਿੰਦੇ ਯਾਰ ਮੈਂ ਇੰਨੀ ਖੁਰਾਕ ਖਾਂਦਾ ਪਿਆ ਪਰ ਲੱਗਦੀ ਨਹੀਂ ਪਈ। ਉਸ ਤਰ੍ਹਾਂ ਹੀ ਸਾਡੇ ਪੇਸ਼ੈਂਟ ਨੂੰ ਇਹ ਲੱਗਦਾ ਕਿ ਮੈਂ ਇੰਨਾ ਨਸ਼ਾ ਅੰਦਰ ਸੁੱਟਣ ਡਿਆਂ ਪਰ ਲੱਗਦਾ ਨਹੀਂ ਪਿਆ। ਹੁਣ ਉਹ ਕੀ ਕਰਦਾ ਹੈ ਕਿ ਕੋਸ਼ਿਸ਼, ਕਾਮਨ ਸੈਂਸ ਹੈ ਨਾ, ਵੀ ਜਿਹੜੀ ਚੀਜ਼ ਘੱਟ ਦੇ ਨਾਲ ਤੁਹਾਨੂੰ ਮਜ਼ਾ ਨਹੀਂ ਆ ਰਿਹਾ ਉਹਦੀ ਡੋਜ਼ ਵਧਾ ਦਿਓ। ਉਹ ਵਿਚਾਰਾ ਫਿਰ ਨਾ ਆਪਣੀ ਕੋਸ਼ਿਸ਼ ਕਰ ਕਰਕੇ ਥੋੜ੍ਹੀ ਜਿਹੀ ਡੋਜ਼ ਵਧਾਉਂਦਾ, ਥੋੜ੍ਹੀ ਜਿਹੀ ਅਪ ਕਰਦਾ ਕਿ ਸ਼ਾਇਦ ਉਹ ਮਜ਼ਾ ਫਿਰ ਆ ਜਾਏ ਕਿਸੇ ਵੇਲੇ। ਫਿਰ ਉਹ ਕਦੀ ਛੱਡ ਕੇ ਦੇਖਦਾ, ਕਦੀ 2 ਦਿਨ ਨਾਗਾ ਪਾਉਂਦਾ, ਕਦੀ 5 ਦਿਨ ਨਾਗਾ ਪਾਉਂਦਾ, ਕਦੀ ਹਫ਼ਤਾ ਕੁਛ ਹੋਰ ਖਾਂਦਾ, ਫਿਰ ਖੁਰਾਕ ਖਾਂਦਾ, ਸੈਰ ਕਰਦਾ, ਐਕਸਰਸਾਈਜ਼ ਕਰਦਾ, ਜਿਮ ਕਰਦਾ, ਬੜਾ ਕੁਛ ਕਰਦਾ, ਕਦੀ ਸੌਂ ਖਾਂਦਾ, ਕਦੀ ਕੁਛ ਵੀ, ਕੋਈ ਨਾ ਕੋਈ ਚੀਜ਼ ਤਾਂ ਹੋਏਗੀ ਯਾਰ, ਉਹ ਪਹਿਲਾਂ ਵਾਲਾ ਨਸ਼ਾ ਆ ਜਾਏਗਾ। ਪਰ ਇਹ ਉਹਦੀ ਇੱਕ ਭੁੱਲ ਹੁੰਦੀ ਹੈ, ਉਹ ਦੁਬਾਰਾ ਤੋਂ ਉਹ ਜਿਹੜੀ ਪੀਕ ਹੈ ਨਾ ਲੈਵਲ, ਉਹ ਕਦੀ ਅਚੀਵ ਨਹੀਂ ਹੁੰਦਾ। ਇਸ ਕਰਕੇ ਉਹ ਦਿਨ ਰਾਤ ਨਮੋਸ਼ੀ 'ਚ ਰਹਿੰਦਾ ਹੈ ਕਿ ਵੀ ਯਾਰ ਉਹ ਕੀ ਸੀਗਾ ਜਿਹੜਾ ਮੈਂ ਦੇਖਿਆ ਸੀਗਾ। ਉਹਦੀ ਜਿਹੜੀ ਯਾਦ ਹੈ ਨਾ, ਉਹ ਦੁਬਾਰਾ ਅਚੀਵ ਨਹੀਂ ਹੁੰਦੀ।